ਅੱਛਾ ਮੇਰੇ ਸੁਣਾ ਦੇ ਘਰ ਗਏ ਉਹਨਾਂ ਦਾ ਘਰ ਪਿੰਡ ਦੇ ਵਿੱਚ ਹੈਗਾ ਪਰ ਘਰ ਬੜਾ ਵਧੀਆ ਲੱਗਿਆ ਹੈਗਾ ਤੇ ਪੀਜੀ ਤੇ ਨਰਿੰਦਰ ਕੌਰ ਜਿਹੜੀ ਹੈਗੀ ਆ ਆਪਾਂ ਉਹਨੂੰ ਵੀ ਨਾਲ ਲੈ ਕੇ ਗਏ ਸੀ ਨਰਿੰਦਰ ਕੌਰ ਨੂੰ ਨਾਲ ਤਾਂ ਧੱਕੇ ਨਾਲ ਲੈ ਕੇ ਗਏ ਆ ਜਾਂਦੀ ਨਹੀਂ ਸੀਗੀ ਪਰ ਮੈਂ ਉਹਨੂੰ ਕਿਹਾ ਜੇ ਜਸਦੀਪ ਨੂੰ ਵੀ ਮੈਂ ਕਹਿਣਾ ਸੀ ਤੇ ਉਹ ਨਾ ਜੰਮ ਕੇ ਤੁਸੀਂ ਵੀ ਬੱਚੇ ਨਾਲ ਮੇਰੇ ਚੱਲੋ ਫਿਰ ਉਹ ਕੋਸ਼ਿਸ਼ ਕਰਨ ਤੇ ਸਾਡੇ ਨਾਲ ਗਈ ਆ ਪਰ ਵਧੀਆ ਲੱਗਿਆ ਚਾਰਾਂ ਜਾਣਿਆਂ ਦਾ ਖੂਬ ਅਸੀਂ ਇੰਜੋਇਮੈਂਟ ਕੀਤਾ ਸਾਰਿਆਂ ਨੇ ਰਲ ਕੇ ਤੇ ਹੁਣ ਅਸੀਂ ਸਾਰੇ ਜਾਣੇ ਘਰ ਵਾਪਸ ਆ ਰਹੇ ਹਾਂ ਪੀਜੀ ਨੂੰ ਪੁੱਛਿਆ ਕਹਿੰਦੇ ਪੀਜੀ ਘਰ ਰਹਿੰਦੇ ਤਾਂ ਚੰਗਾ ਲੱਗਣਾ ਸੀ ਕਿ ਜਦ ਤੁਸੀਂ ਸਾਡੇ ਨਾਲ ਆਏ ਪੀਜੀ ਵੀ ਕਹਿੰਦੇ ਮੈਨੂੰ ਵਧੀਆ ਲੱਗਿਆ ਫਿਰ ਮੈਂ ਪੀਜੀ ਨੂੰ ਕਿਹਾ ਵੀ ਤੁਸੀਂ ਜਿਹੜਾ ਨਾ ਦੇਖਿਆ ਇੰਨਾ ਜੇ ਜਦੋਂ ਆਪਾਂ ਤੁਹਾਨੂੰ ਕਹਿੰਦੇ ਹੁੰਦੇ ਹਾਂ ਤੁਸੀਂ ਸਾਡੇ ਨਾਲ ਚੱਲਿਆ ਕਰੋ ਨਾ ਨਹੀਂ ਸਾਡਾ ਫਿਕਰ ਲੱਗ ਜਾਂਦਾ ਜਦੋਂ ਸਾਡੇ ਨਾਲ ਲੱਗੇ ਹੋ ਸੋ ਅੱਜ ਦਾ ਦਿਨ ਬਹੁਤ ਵਧੀਆ ਸਾਡਾ ਗੁਜ਼ਰਿਆ किसाना बारे दसो की कहना ਕਿਸਾਨਾਂ ਬਾਰੇ ਵੀ ਜੀ ਦੱਸੋ ਅੱਜ ਅਸੀਂ ਸਵੇਰੇ ਕਿਸਾਨ ਜਦੋਂ ਆ ਰਹੇ ਸੀਗੇ ਤੇ ਸ਼ਾਹਕੋਟ ਜਿਹੜੇ ਸੀਗੇ ਸ਼ਾਹਕੋਟ ਸ਼ਹਿਰ ਦੇ ਵਿੱਚ ਵੈਲਕਮ ਕਰਨ ਵਾਸਤੇ ਪਿੰਡਾਂ ਤੋਂ ਸ਼ਹਿਰਾਂ ਦੇ ਵਿੱਚੋਂ ਲੋਕ ਇਕੱਠੇ ਹੋ ਕੇ ਫੁੱਲਾਂ ਦੇ ਹਾਰ ਵਾਸਤੇ ਖੜੇ ਸੀ ਫਿਰ ਅਸੀਂ ਆਪਣੀ ਗੱਡੀ ਨੂੰ ਖੜਾ ਕਰਕੇ ਅਸੀਂ ਵੀ ਉਹਨਾਂ ਦੇ ਵਿੱਚ ਸ਼ਾਮਲ ਹੋਏ ਵੀ ਚਲੋ ਵੈਲਕਮ ਕਰਨਾ ਚਾਹੀਦਾ ਜਿਹੜੇ ਸਾਡੇ ਵੀਰ ਸਾਡੇ ਭਰਾ ਸਾਡੇ ਬੱਚੇ ਇੱਕ ਸਾਲ ਤੋਂ ਜ਼ਿਆਦਾ ਟਾਈਮ ਉੱਥੇ ਰਹੇ ਸੀਗੇ ਤੇ ਉਹ ਅੱਜ ਵਾਪਸ ਖੁਸ਼ੀਆਂ ਨਾਲ ਪਰਤ ਰਹੇ ਸੀ ਪਰ ਮੈਨੂੰ ਜਿੱਤ ਪ੍ਰਾਪਤ ਕਰਕੇ ਹੀ ਵਾਪਸ ਆਏ ਨੇ ਜਿੱਤ ਪ੍ਰਾਪਤ ਸਾਨੂੰ ਬਹੁਤ ਮਾਣ ਆ ਪੰਜਾਬੀ ਕੌਮ ਨੂੰ ਪੰਜਾਬੀ ਪੰਜਾਬ 'ਚ ਰਹਿੰਦੇ ਹੋਣ ਕਰਕੇ ਪੰਜਾਬੀ ਹੋਣ ਕਰਕੇ ਸਾਨੂੰ ਉਹਨਾਂ ਵੀਰਾਂ ਆਪਣਿਆਂ ਤੇ ਆਪਣੇ ਬੱਚਿਆਂ ਦਾ ਬਹੁਤ ਜ਼ਿਆਦਾ ਮਾਣ ਸੀ ਮੈਂ ਦਿਲੋਂ ਤਹਿ ਦਿਲੋਂ ਉਹਨਾਂ ਦਾ ਆਪਾਂ ਸਵਾਗਤ ਕੀਤਾ ਆਪਾਂ ਵੀ ਉਹਨਾਂ ਦੇ ਵਿੱਚ ਸ਼ਾਮਲ ਹੋਏ ਗੱਡੀ ਨੂੰ ਇੱਕ ਪਾਸੇ ਖੜਾ ਕਰ ਦਿੱਤਾ ਸੀ ਪਰ ਉਸ ਟਾਈਮ ਮੇਰੀ ਅੱਖਾਂ 'ਚੋਂ ਆਂਸੂ ਆ ਗਏ ਮਹਾਰਾਜ ਤੇਰੀ ਲੀਲਾ ਬੇਅੰਤਾ ਜਿੱਦਣ ਤੁਹਾਡਾ ਜਨਮ ਦਿਨ ਸੀ ਗੁਰੂ ਨਾਨਕ ਪਾਤਸ਼ਾਹ ਉਦੋਂ ਤੁਸੀਂ ਬਹੁਤ ਵੱਡਾ ਜਿਹੜਾ ਸੀ ਤੋਹਫ਼ਾ ਦਿੱਤਾ ਸਾਰੀ ਦੁਨੀਆ ਜਿਹੜੀ ਯਾਦ ਰੱਖੇਗੀ ਤੁਸੀਂ ਆਪਣੇ ਜਨਮ ਦਿਨ 'ਤੇ ਜਿਹੜਾ ਕਿ ਮੋਦੀ ਮੰਨ ਨਹੀਂ ਸਿਰਿਆ ਅਸੀਂ ਕਾਨੂੰਨ ਵਾਪਸ ਨਹੀਂ ਲੈ ਸਕਦੇ ਅੱਜ ਜਿਹੜਾ ਹੈਗਾ ਉਹਨੂੰ ਸਿਰ ਝੁਕਾਉਣਾ ਹੀ ਪਿਆ ਜਿੱਥੇ ਹੀ ਪੰਜਾਬੀ ਡਟ ਕੇ ਖੜ੍ਹੇ ਹੋ ਜਾਣ ਉੱਥੇ ਉਹ ਆਪਣੀ ਹੱਕਾਂ ਵਾਸਤੇ ਲੜ ਕੇ ਆਪਣੇ ਜਿਹੜੇ ਹੱਕ ਲੈ ਕੇ ਹੀ ਫਤਿਹ ਕਰਕੇ ਹੀ ਵਾਪਸ ਹੁੰਦੇ ਨੇ ਪਰ ਅੱਜ ਮੋਦੀ ਨੂੰ ਵੀ ਪਤਾ ਲੱਗ ਗਿਆ ਵੀ ਇਹ ਜਿਹੜੀ ਹੈਗੀ ਆ ਪੰਜਾਬੀ ਕੌਮ ਜਿਹੜੀ ਖਾਲਸਾ ਕੌਮ ਹੈਗਾ ਇਹਦੇ ਇਹ ਇਹ ਇਹਨੂੰ ਕੋਈ ਨਹੀਂ ਝੁਕਾ ਸਕਦਾ ਇੱਕ ਖਾਲਸਾ ਕੌਮ ਹੀ ਜਿਹੜੀ ਹੈਗੀ ਆ ਇਹਨੂੰ ਝੁਕਾ ਸਕਦਾ ਸੋ ਮੇਰੇ ਵੀਰੋ ਮੇਰੇ ਬੱਚਿਓ ਮੇਰੇ ਭਰਾਵੋ ਆਪਣੇ ਹੱਕਾਂ ਦੇ ਲਈ ਲੜਨਾ ਹੀ ਪੈਣਾ ਹੈ ਕਿਉਂਕਿ ਗੰਦੀਆਂ ਜਿਹੜੀਆਂ ਸਰਕਾਰਾਂ ਆ ਇਹ ਜਿਹੜੀਆਂ ਹੈਗੀਆਂ ਚੁੱਪ ਚਪੀਤਾ ਇਹਨਾਂ ਨੇ ਤੁਹਾਨੂੰ ਕੁਛ ਨਹੀਂ ਦੇਣਾ ਇਹਨਾਂ ਮੰਤਰੀਆਂ ਨੇ ਆਪਣੇ ਜੇਬਾਂ 'ਚ ਹੀ ਸਾਰਾ ਕੁਛ ਪਾਉਣਾ ਹੈ ਸੋ ਆਪਣਾ ਰਾਈਟ ਆ ਕਿਉਂਕਿ ਆਪਾਂ ਇਹਨਾਂ ਨੂੰ ਵੋਟਾਂ ਪਾਈਆਂ ਆਪਾਂ ਇਹਨਾਂ ਨੂੰ ਚੁਣਿਆ ਆ ਇਸ ਕਰਕੇ ਆਪਣਾ ਹੱਕ ਬਣਦਾ ਆਪਣਾ ਹਿਊਮਨ ਰਾਈਟਸ ਆ ਸੋ ਜਾਗਰਤ ਹੋਵੋ ਅਗਾਂਹ ਜਿਹੜੀਆਂ 2022 ਦੀਆਂ ਚੋਣਾਂ ਆ ਰਹੀਆਂ ਤੁਸੀਂ ਪੜ੍ਹੇ ਲਿਖੇ ਹੈਗੇ ਹੋ ਤੁਸੀਂ ਸੋਚ ਸਮਝ ਕੇ ਕਿਸੇ ਦੇ ਝਾਂਸੇ ਵਿੱਚ ਨਾ ਆਇਓ ਬੜੇ ਸੂਝਵਾਨ ਸੁਲਝੇ ਹੋਏ ਅਤੇ ਤਜ਼ਰਬੇਕਾਰ ਪੜ੍ਹੇ ਲਿਖੇ ਨੌਜਵਾਨਾਂ ਨੂੰ ਮੋਹਰੇ ਕਰੋ ਤਾਂ ਕਿ ਤੁਸੀਂ ਜਿਹੜੇ ਹੈਗੇ ਆ ਆਪਣੇ ਹੱਕ ਜਿਹੜੇ ਆ ਉਹਨਾਂ ਵਾਸਤੇ ਤੁਹਾਨੂੰ ਲੜਨਾ ਨਾ ਪਵੇ ਤੁਹਾਨੂੰ ਆਪਣੇ ਆਪ ਹੀ ਮਿਲਣ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ ਰਹੋ हाँ तो दोस्तों मेरा ये भी एक मेरा एक छोटा सा मैसेज है कि अगर देखिए हम पंजाबी लोग आपको किसानों का जो मोर्चा है उससे पता चल गया कि जो एकता है वो सबसे बड़ी शक्ति है तो हम पंजाबियों को ये चाहिए कि अपने एकता बनाए रखिए और क्योंकि यही सरकार हमें धर्म के नाम पर जातों के नाम पर तोड़ना चाहती है हम पंजाबियों को अलग अलग करना चाहती है अगर आप पंजाब की तरक्की चाहते हो तो पंजाब में फैक्ट्रियाँ लगाओ पोल्ट्री फार्म खोलो डेयरी का उत्पादन करो और मैन्युफैक्चरिंग है वो यहाँ पे लगाने की कोशिश कीजिए अगर आप बाहर भी जाते हो तो नो डाउट की बुरी बात नहीं है लेकिन फिर भी अपना जो लगाओ अपनी मिट्टी के साथ वो मत छोड़िए अकेला यहाँ पे सिर्फ आकर घूमिए फिरिए नहीं घूमिए फिरिए भी लेकिन यहाँ पे कुछ ना कुछ ऐसा काम कीजिए जिससे कि आप यहाँ के जो नौजवान है यहाँ के जो अनएम्प्लॉयड यूथ है उनको आप काम दे पाओ उनको काम मिल जाएगा आपको अपनी मिट्टी से लगाव रहेगा एक टच भी रहेगा और
इससे क्या कि एक आपको बेनिफिट भी रहेगा आगे, और एक और मैसेज मेरा कि पंजाब में उद्योगीकरण भी होगा, पंजाब की तरक्की होगी जब यहाँ पे मैन्युफैक्चरिंग यूनिट लगेंगे, डेयरी का उत्पादन कीजिए और जैसे पोल्ट्री फार्म खोलिए मैक्सिमम, ताकि पंजाब दोबारा से इंडस्ट्रियलाइज पंजाब बन सके। दोबारा मैं एक बहुत थानू जागृत करना चाहनी हूँ, मैसेज दे रही हूँ, क्योंकि देखो एक साल तो ऊपर का टाइम हो गया सीगा टोल प्लाजा ते कोई भी पैसा अपन नू नहीं सी देना पै रहा, पर जिदा ही हुण अपना मतलब के अपा जित के वापस आए हैं ते टोल प्लाजा ते गवर्नमेंट ने दोबारा तीन गुना जिहड़ा चार्जेस लैने शुरू कर देने आ एक दो दिन तक। ਇਹ ਦੇਖੋ ਕਿ ਜਿੰਨੀ ਦੇਰ ਤੱਕ ਆਪਣੇ ਕਿਸਾਨ ਵੀਰ ਉੱਥੇ ਰਹੇ ਆ ਉਨੀ ਦੇਰ ਤੱਕ ਆਪਾਂ ਨੂੰ ਫ੍ਰੀ ਆਉਣਾ ਜਾਣਾ ਸੀਗਾ, ਤੇ ਕਿਉਂ ਨਹੀਂ ਆਪਾਂ ਸੁਲਝੇ ਹੋਏ ਬੰਦਿਆਂ ਦੀ ਆਪਾਂ ਸਰਕਾਰ ਬਣਾਈਏ, ਨਾ ਆਪਾਂ ਕਾਂਗਰਸ ਨੂੰ ਚੁਣੀਏ ਨਾ ਬੀਜੇਪੀ ਨੂੰ ਚੁਣੀਏ ਤੇ ਨਾ ਹੀ ਆਪਾਂ ਬਾਦਲਾਂ ਨੂੰ ਚੁਣ ਬਾਦਲ ਸਰਕਾਰ ਚੁਣੀਏ, ਆਪਾਂ ਆਪਣੇ ਨਵੇਂ ਯੂਥ ਪੜ੍ਹੇ ਲਿਖੇ ਹੋਇਆਂ ਨੂੰ ਮੋਹਰੇ ਲੈ ਕੇ ਆਈਏ, ਆਪਾਂ ਪੰਜਾਬ ਦੀ ਤਰੱਕੀ ਬਾਰੇ ਸੋਚੀਏ, ਆਪਾਂ ਕੀ ਕੁਛ ਨਹੀਂ ਕਰ ਸਕਦੇ ਆਪਣੇ ਆਪਣੇ ਬੱਚਿਆਂ ਦੇ ਵਿੱਚ ਪੰਜਾਬ ਦੇ ਗਵਰਨਰਾਂ 'ਚ ਕੈਪੇਬਿਲਟੀ ਹੈ, ਬੱਚੇ ਬਹੁਤ ਲਾਇਕ ਨੇ ਪੜ੍ਹੇ ਲਿਖੇ ਹੈਗੇ ਆ, ਤੁਸੀਂ ਆਪਣੀ ਸੂਝ ਵਿਚਾਰ ਦੇ ਨਾਲ ਪੰਜਾਬ ਨੂੰ ਦੁਬਾਰਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਜੋ ਪੰਜਾਬ ਸੀ ਉਸੇ ਤਰ੍ਹਾਂ ਦਾ ਬਣਾ ਸਕਦੇ ਹਾਂ। ਇਹਦੇ ਵਿੱਚ ਇੰਡਸਟਰੀਆਂ ਲਗਾਈਏ, ਬਾਹਰ ਜਾਣ ਦੀ ਆਪਾਂ ਨੂੰ ਲੋੜ ਹੀ ਨਾ ਪਵੇ, ਕਿਉਂਕਿ ਆਪਾਂ ਬਾਹਰ ਜਾ ਕੇ ਬਗਾਨੇ ਮੁਲਕ 'ਚ ਰੂਲ ਅਤੇ ਰੈਗੂਲੇਸ਼ਨ ਫੋਲੋ ਕਰਦੇ ਹਾਂ, ਆਪਾਂ ਕਿਉਂ ਨਾ ਆਪਾਂ ਇਹਦੇ ਵਿੱਚ ਆਪਣੇ ਸੂਝਵਾਨ ਬੱਚਿਆਂ ਨੂੰ ਮੋਹਰੇ ਲੈ ਕੇ ਆਈਏ, ਰੂਲ ਅਤੇ ਰੈਗੂਲੇਸ਼ਨ ਫੋਲੋ ਕਰੀਏ, ਅਤੇ ਆਪਣੇ ਜਿਹੜੀ ਹੈਗੀ ਆ ਇਹ ਆਪਣਾ ਸਾਰਿਆਂ ਦਾ ਫਰਜ਼ ਬਣਦਾ, ਆਪਾਂ ਆਪਣੀ ਗਲੀ ਜਾਂ ਆਪਣਾ ਮੁਹੱਲਾ ਆ ਜਾਂ ਆਪਣਾ ਸ਼ਹਿਰ ਆ ਉਹਨੂੰ ਨੀਟ ਐਂਡ ਕਲੀਨ ਕਰੀਏ, ਕੋਈ ਗਾਰਬੇਜ ਨਾ ਕਿਤੇ ਸੁੱਟੀਏ, ਜੋ ਵੀ ਡਸਟਬਿਨ ਲੱਗੇ ਹੈ ਉਹਦੇ ਵਿੱਚ ਸੁੱਟੀਏ, ਆਪਣਾ ਪਹਿਲਾਂ ਆਪਾਂ ਘਰ ਤੋਂ ਸ਼ੁਰੂਆਤ ਕਰੀਏ, ਘਰ ਤੋਂ ਬਾਅਦ ਆਪਣਾ ਗਲੀ ਦੇ ਵਿੱਚ ਦੇਖੀਏ, ਆਪਾਂ ਗਲੀ ਦੇ ਵਿੱਚ ਕੂੜਾ ਨਾ ਸੁੱਟੀਏ, ਇਸੇ ਤਰ੍ਹਾਂ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈਗਾ, ਆਪਣਾ ਇਹ ਸਾਰਿਆਂ ਦਾ ਮੁਲਕ ਆ, ਆਪਣਾ ਇਕੱਲੇ ਇੱਕ ਦਾ ਨਹੀਂ ਆ ਵੀ ਮੰਤਰੀਆਂ ਦਾ, ਇਹ ਆਪਣਾ ਸਾਰਿਆਂ ਦਾ ਮੁਲਕ ਆ, ਆਪਾਂ ਥੋੜ੍ਹਾ ਆਪਣੇ 'ਚ ਚੇਂਜ ਲਿਆਈਏ, ਆਪਾਂ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਈਏ, ਸੋਨੇ ਦੀ ਚਿੜੀ ਆ ਜਿੱਦਾਂ ਕਿਹਾ ਜਾਂਦਾ ਸੀ ਆਪਣੇ ਇੰਡੀਆ ਨੂੰ, ਆਪਾਂ ਭਾਰਤ ਨੂੰ ਉਸੇ ਤਰ੍ਹਾਂ ਦਾ ਹੀ ਬਣਦਾ ਦੇਖੀਏ, ਆਪਾਂ ਕਰ ਸਕਦੇ, ਸੋ ਆਪਾਂ ਆਓ ਰਲ ਕੇ ਸਾਰੇ ਮਿਹਨਤ ਕਰੀਏ, ਆਪਾਂ ਧਿਆਨ ਦਈਏ, ਤੁਸੀਂ ਸਾਰੇ ਮੇਰੇ ਨਾਲ ਹੋਵੋ, ਆਪਾਂ ਰਲ ਕੇ ਇਹ ਕਦਮ ਪੁੱਟੀਏ, ਤਾਂ ਕਿ ਜਿਹੜਾ ਹੈਗਾ ਆਪਣਾ ਜਿਹੜਾ ਪੰਜਾਬ ਆ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਇਹ ਕਹਿਣ ਵੀ ਇਹ ਪੰਜਾਬ ਜਿਹੜਾ ਹੈਗਾ ਆ ਸਾਫ਼ ਸੁਥਰਾ ਹੈ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਚ ਕਿਤਾਬਾਂ 'ਚ ਪੜ੍ਹਦੇ ਸੀ ਉਸੇ ਤਰ੍ਹਾਂ ਦਾ ਪੰਜਾਬ ਆਪਾਂ ਆਪਣੇ ਬੱਚਿਆਂ ਨੂੰ ਅਗਾਂਹ ਆਉਣ ਵਾਲੀ ਪੀੜ੍ਹੀ ਨੂੰ ਦੇ ਕੇ ਜਾਂ। ਔਰ ਦੇਖੀਏ ਦੁਨੀਆ ਮੇ ਅਫਗਾਨਿਸਤਾਨ ਕੋ ਆਜ ਤੱਕ ਕੋਈ ਵੀ ਕੌਮ ਜਿੱਤ ਨਹੀਂ ਪਾਈ, ਨਾ ਰਸ਼ੀਆ ਜੀਤ ਪਾਇਆ, ਨਾ ਅਮੈਰੀਕਾ ਜੀਤ ਪਾਇਆ, ਨਾ ਬ੍ਰਿਟੇਨ ਜੀਤ ਪਾਇਆ ਅਫਗਾਨਿਸਤਾਨ ਕੋ, ਸਿਰਫ ਇੱਕ ਪੰਜਾਬੀ ਕੌਮ ਐਸੀ ਕੌਮ ਹੈ, ਸਿੱਖ ਕੌਮ, ਜਿਨ੍ਹਾਂ ਅਫਗਾਨਿਸਤਾਨ ਕੀ ਕੋ ਜੀਤਾ, ਉਸਕੇ ਉੱਪਰ ਕੰਟਰੋਲ ਕੀਆ, ਤੋ ਐਸੀ ਕੌਮ ਅਗਰ ਹਮ ਲੋਕ ਹੈ ਤੋ ਕਿਉਂ ਨਾ ਹਮ ਆਪਣੇ ਪੰਜਾਬ ਕੋ ਇੰਡਸਟਰੀਲਾਈਜ਼ ਬਣਾਏ, ਯਹਾਂ ਪੇ ਐਸੇ ਐਸੇ ਵਪਾਰ ਖੋਲੇ, ਐਸੇ ਐਸੇ ਯੂਨਿਟ ਲਗਾਏ, ਜਿਸਸੇ ਇੱਕ ਤੋਂ ਇੰਪਲਾਇਮੈਂਟ ਜਨਰੇਟ ਹੋ, ਟੈਕਸਿਸ ਜਨਰੇਟ ਹੋ, ਔਰ ਰੈਵੋਲਿਊਸ਼ਨ ਔਰ ਜੋ ਇਨਕਮ ਲੈਵਲ ਹੈ ਵੋ ਯਹਾਂ ਕੇ ਲੋਗੋਂ ਕਾ ਬੜੇ, ਹਮਾਰੇ ਜੋ ਯੂਥ ਹੈ ਅਨਇੰਪਲਾਇਮੈਂਟ ਹੈ, ਯਹਾਂ ਪੇ ਜੋ ਲੜਕੇ ਲੜਕੀ ਯੂਥ ਘੁੰਮ ਰਹੇ ਹੈ ਫ੍ਰੀ ਮੇ, ਵਟਸਐਪ ਜਾਂ ਫੇਸਬੁੱਕ ਕੇ ਆਦੀ ਲੱਗ ਚੁੱਕੇ, ਉਨਕੋ ਲੱਤ ਲੱਗ ਚੁੱਕੀ ਉਸ ਨਸ਼ੇ ਕੀ, ਤੋ ਵੋ ਨਸ਼ਾ ਛੋੜ ਕਰ ਵੋ ਕਾਮ ਕਾ ਨਸ਼ੇ ਕੋ ਅਡਾਪਟ ਕਰੇ, ਤੋ ਕਾਮ ਕੀ ਤਰਫ ਉਨਕਾ ਝੁਕਾਓ, ਲੇਕਿਨ ਹਰੇਕ ਬੰਦੇ ਕਾ ਦੇਖੇ ਲਾਈਫ ਮੇ ਸਾਈਕਲ ਹੋਤਾ ਕਿ ਕੋਈ ਬੰਦਾ ਕਾਮ ਕਰਨੇ ਕਾ ਉਸਮੇ ਗੁਣ ਹੋਤਾ ਹੈ, ਕੋਈ ਬੰਦਾ ਦਿਮਾਗ ਰੱਖਣੇ ਕੋ ਗੁਣ ਹੋਤਾ ਹੈ, ਚਲੋ ਸਭੀ ਲੋਕ ਯੂਨਿਟ ਨਹੀਂ ਲਗਾ ਪਾਤੇ, ਲੇਕਿਨ ਅਗਰ ਹਮ ਯੂਨਿਟ ਲਗਾਏਂਗੇ ਤੋ ਉਨਕੋ ਜੋਬ ਤੋ ਦੇ ਹੀ ਸਕਤੇ ਨਾ, ਅੱਛੇ ਅੱਛੇ ਜੋਬਸ, ਤੋ ਇਸ ਲਈ ਇਹ ਨਹੀਂ ਕਿ ਅਗਰ ਆਪ ਲੋਕ ਬਾਹਰ ਚਲ ਗਏ ਹੋ ਕੈਨੇਡਾ ਅਮੈਰੀਕਾ ਜਾਂ ਕਹੀਂ ਔਰ ਮੁਲਕ ਮੇ, ਤੋ ਆਪਣੇ ਪੰਜਾਬ ਸੇ ਆਪ ਲਗ ਜੁੜ ਕੇ ਰਹੀਏ, ਯਹਾਂ ਪੇ ਆ ਕਰੇ ਘਰ ਬਣਾਉਣਾ ਤੋ ਚਲੋ ਬੈਟਰ ਹੈ, ਲੇਕਿਨ ਯਹਾਂ ਪੇ ਕੋਈ ਨਾ ਕੋਈ ਫੈਕਟਰੀ ਯੂਨਿਟ ਜਾਂ ਕੁਛ ਐਸਾ ਵਪਾਰ ਵੀ ਕੀਜੀਏ ਕਿ ਜਿਸਕੇ ਕਾਰਨ ਕਿ ਯਹਾਂ ਪੇ ਯੂਥ ਕੋ ਅਨਇੰਪਲਾਇਮੈਂਟ ਜੋ ਹੈ ਵੋ ਜਨਰੇਟ ਹੋ ਪਾਏ। ਹਾਂ ਇਤਨਾ ਜ਼ਰੂਰ ਹੈ ਕਿ ਯੂਥ ਕੇ ਸਾਥ ਚਲੋ, ਕਿਉਂਕਿ ਉਨਕੋ ਯਾ ਸਿਸਟਮ ਕਾ ਨਹੀਂ ਪਤਾ ਹੋਤਾ, ਕਈ ਵਾਰ ਯੂਥ ਗਲਤ ਹਾਥੋਂ ਮੇ ਪੜ ਕਰ ਆਪਕੇ ਜੋ ਯੂਨਿਟ ਹੈ ਉਸਕੋ ਖਰਾਬ ਵੀ ਕਰ ਸਕਦਾ, ਤੋ ਉਸਸੇ ਉਸਕੇ ਲਈ ਆਪ ਯੂਥ ਕੇ ਸਾਥ ਕੰਟਰੈਕਟ ਕਰ ਸਕਦੇ ਹੋ, ਤਾਂ ਕਿ ਯੂਥ ਕੋ ਜ਼ਿੰਮੇਵਾਰੀ ਕਾ ਅਹਿਸਾਸ ਵੀ ਹੋ ਔਰ ਉਸਕਾ ਵੀ ਉਸਮੇ ਭਲਾ ਹੋਗਾ। ਤੋ ਅਭੀ ਆਗੇ ਕਾ ਰਾਸਤਾ ਹਮ ਸ਼ਾਹਕੋਟ ਪਹੁੰਚਨੇ ਵਾਲੇ ਹੈ, ਤੋ ਉਸ ਬਸ ਲਾਈਟੇ ਵੀ ਚੱਲ ਪੜੀ ਹੈ, ਬਸ ਆਧੇ ਘੰਟੇ ਮੈਂ ਜਲੰਧਰ ਪਹੁੰਚ ਜਾਂਗੇ, ਸ਼ਾਹਕੋਟ ਫਿਰ ਮਲਸੀਆਂ ਐਂਡ ਜਲੰਧਰ।
ਹੁਸ਼ਿਆਰਪੁਰ ਤੋਂ ਆਲਮੋਸਟ ਕਵਰ ਹੋ ਚੁੱਕਾ ਹੈ, ਪਹੁੰਚ ਚੁੱਕੇ ਹਾਂ। ਤੋ ਯੇ ਅਭੀ अब जलंधर शाहकोट पहुंच गए हम, उसके बाद मलसियाँ, फिर नकोदर अभी आने वाला है। यहाँ से तकरीबन 15 किलोमीटर नकोदर है और वहीं से 15 किलोमीटर या 16 किलोमीटर जलंधर पड़ेगा। तो जल्दी से पहुंचने वाले, बस ये आप रास्ता देखिए, शाहकोट अभी हम पहुंच गए, जलंधर 42 किलोमीटर दिखा रहे हैं। तो ये अभी मोर्चा फतेहगढ़ के बीच के आ रहे हैं किसान। तो ये किसानों का जो यूथ है वो वापस आ रहा है। मोदी मर गया के नारे लगा रहे हैं और ये पूरे देखो खुशी का माहौल है। और हमें सुबह जाते हैं पुलिस के नारे लगा रहे हैं, वापस आते हैं। वापस अपने जर्नी को आगे बढ़ाते हुए और ये अभी पुल है सामने, ये शाहकोट और मलसिया के बीच अंदर नीचे से रेलवे लाइन जाती है। बस ये अभी मलसिया आने वाला है। तो ये सारी जो रोड है वो कंक्रीट की अच्छी रोड बनी हुई है, नकोदर के रास्ते में पहुंच गए हैं और ये नकोदर को जा रहे हैं। थोड़ा ही दूर देखिए नकोदर यहाँ से दिखा रहा है 10 किलोमीटर, जलंधर 35, लामड़ा 25, ये बोर्ड भी लगा देखिए। तो ये दोस्तों रास्ता खराब था जो कि क्लियर कर दिया गया ऑलमोस्ट। अभी थोड़ा सा ट्रैफिक अभी यहाँ पे है, ट्रक अड़े। अच्छा कुछ उल्टिया भी होया देखो, था राइट साइड ते हुण दिसिया ਇੱਕ ਟਰੱਕ ਉਧਰ ਸਾਈਡ ਤੇ ਖੜਾ। ਹਾ ਕਿੰਨਾ ਉਲਟਿਆ ਪਿਆ ਨਾ, ਹਾਈ ਉਲਟਿਆ ਪਿਆ ਹੀ ਆ ਨਾ। ਇਹ ਬੱਜ ਬੱਜ ਗਿਆ ਹੋਊਗਾ, ਹਾਈ ਜਿਨ੍ਹਾਂ ਦੇ ਪਰਿਵਾਰ ਦਾ ਮੈਂਬਰ ਉਹਨਾਂ ਦਾ ਜਿੰਦ ਵੀ ਖਰਾਬ ਹੋ ਗਈ ਨਾ। ਇਹ ਦੇਰ ਹੋ ਜਾਵੇ ਕੋਈ ਨਹੀਂ, ਲੇਟ ਹੋ ਜਾਓ ਕੋਈ ਨਹੀਂ, ਨੌਕਰੀ ਤੋਂ ਕੱਢ ਦਿੱਤਾ ਜਾਵੇ ਕੋਈ ਗੱਲ ਨਹੀਂ, ਪਰ ਜ਼ਿੰਦਗੀ ਤੋਂ ਕੋਈ ਚੰਗਾ ਨਹੀਂ। दोस्तों जिंदगी गवा ली अपनी, हम तो दो गेड़ दूजा गेड़ा लाने जोगा रहा ही नहीं।
हम अभी नकोदर पहुंच चुके हैं, जलंधर अपना मलसिया के उस कोटी से खसे चलकर नकोदर, और अभी जलंधर आने वाला, यहाँ से 25 किलोमीटर रह गया जलंधर। ये नकोदर बाईपास से ही हम कट मार जाएंगे और रोड अच्छी बनी हुई है, वन वे रोड है और अच्छी रोड जो है कंक्रीट की बना दी गई है सरकार की तरफ से, और कोई भी ज़्यादा कोई खड्डा वगैरह ऐसा नहीं, ज़्यादा है नहीं इस रोड में, और मज़े से आप आराम से सफ़र तय करते हुए जल्दी पहुंच जाते हो। लाइव पूरा रास्ता दिखेगा और आसपास का कैसा माहौल है, कैसी दुकानें वगैरह वो भी आप देख सकते हो।